ਚਿੱਤਾ ਰਾਣੀ ਦੇ ਪੱਟਾਂ ਦਾ ਰੱਤ ਹੈ ਤੇ ਹੁਣ ਕਹਿੰਦਾ ਪੈ ਜਾ। ਉਹ ਕਹਿੰਦੀ ਮੈਂ ਕੋਈ ਪੈ ਜਾ, ਇਹ ਤਾਂ ਜੱਗ ਬੀਤੀ ਹੱਡ ਬੀਤੀ ਤਾਈ ਨੀ। ਕਹਿੰਦਾ ਫਿਰ ਜਿਹਦੇ ਉੱਤੇ ਬੈਠੀ ਆ ਤੂੰ ਤਾਂ ਰਾਣੀ ਦੀ ਜੀਵ ਹੈ ਇਹ। ਹਰੀਚੰਦ ਰਾਜ ਨੇ ਬਸ ਸਾਲ ਮਾਰੀ ਪਰਾਂ ਹੋ ਗਿਆ, ਪਹਿਲਾਂ ਜਨਾਨੀ ਦੀ ਜੀਵ ਨਾਲ ਸਹਾਰਾ ਲਈ ਬੈਠਾ ਤੂੰ। ਕਹਿੰਦਾ ਫਿਰ ਆਪਾਂ ਤਾਂ ਰਾਣੀ ਦੀ ਅੱਖਾਂ ਹੁਣ ਤਾਂ ਹੱਡ ਬੀਤੀ ਆ ਗਈ। ਕਹਿੰਦੀ ਹਾਂ ਆ ਗਈ। ਕਹਿੰਦੀ ਜੇ ਭਲਾਂ ਜੇ ਦੁਬਾਰੇ ਉਹਨੇ ਕਰਨਾ ਹੋਵੇ ਕੰਮ। ਕਹਿੰਦਾ ਉਹ ਤਾਂ ਮਸਾਂ ਗਈ ਆ, ਦੁਬਾਰੇ ਕੁਛ ਸੁਣੀਏ। ਕਹਿੰਦਾ ਨਾ। ਕਹਿੰਦੀ ਜੇ ਕਰਨਾ ਹੋਵੇ। ਕਹਿੰਦਾ ਫਿਰ ਜੇ ਮੈਂ ਅੱਗੇ ਕਰਨਾ ਤੀ ਉਵੇਂ ਹੁਣ ਕਰ ਲਏ। ਹਰੀਚੰਦ ਰਾਜਾਂ ਤੋਂ ਉਹਦੀ ਮਰੀ ਕੁੜੀ ਦੱਡੀ ਵੱਜਾ ਵਗ ਚੋ ਊ ਸਾਧੂਆਂ ਦਾ ਬੰਨੇ ਹੋਏ ਤੇ ਉਹਨੂੰ ਆਉਣਾ ਤੀ ਆਈ। ਹਰੀਚੰਦ ਰਾਜੇ ਨੇ ਵੇਖ ਲਾ ਲੈ ਗਿਆ ਉਵੇਂ ਕੰਮ ਕਰ ਲਿਆ ਉਹੀ ਕੱਪਣੇ ਵਾਲਾ ਕਰਕੇ ਕੰਮ ਆ ਗਿਆ ਕੁਟੀਆ ਚਾਬਦੀ 'ਚ। ਉੱਧਰੋਂ ਭਾਈ ਉਹ ਵੀ ਉਹ ਨਿਕਲ ਆਈਆਂ ਬਾਹਰ। ਉਹਨੇ ਮਹਾਰਾਜ ਨੂੰ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਨਾਂਗਾ ਢੱਕ। ਉਸ ਵਕਤ ਫਿਰ ਉਹਨੇ ਕੇਸ ਵਧਾਤੇ ਇਹਨਾਂ ਦੇ ਆ ਗਿਆ। ਕਹਿੰਦੀ ਦੁੱਟਿਆ ਹੁਣ ਤਾਂ ਸਾਡੀ ਰੀੜੇ ਦੇ ਦੇ। ਉਦੋਂ ਫਿਰ ਹਰੀਚੰਦ ਰਾਜੇ ਨੇ ਨੀਵਾਂ ਹੋ ਕੇ ਜਨਾਨੀ ਦੇ ਚਰਨੀ ਹੱਥ ਲਾਇਆ। ਜਿਹੜਾ ਆਪਾਂ ਕਹਿ ਦਿੰਦੇ ਵੀ ਆਪਾਂ ਤੋਂ ਗਲਤੀ ਹੋ ਗਿਆ ਪੈਰੀਂ ਹੱਥ ਲਾ ਦਿਓ, ਉਹ ਹਰੀਚੰਦ ਨੇ ਲਾਈ ਤੀ ਉਦੋਂ ਤਾਂ ਪੈਰੀਂ ਹੱਥ ਲਾਉਣੇ ਪੈਂਦੇ ਨੇ ਆਪਾਂ ਨੂੰ। ਉਹਨੇ ਭਾਈ ਦਾ ਹਰੀਚੰਦ ਨੇ ਨੀਵਾਂ ਹੋ ਕੇ ਪੈਰੀਂ ਹੱਥ ਲਾਏ ਤਰਨੀ ਦੇ। ਕਹਿੰਦਾ ਵੀ ਮੇਥੋਂ ਗਲਤੀ ਹੋਈ ਹੈ। ਕਹਿੰਦੀ ਗਲਤੀ ਕਰਨ ਤੋਂ ਪਹਿਲਾਂ ਸੋਚਿਆ ਸੋਚਣਾ ਤੀ ਤੇ। ਕਹਿੰਦੀ ਹੁਣ ਪਰ ਮੈਂ ਜਾਊ ਭਣੇ ਜਦੋਂ ਮੈਂ ਬਚਣ ਦੀ ਬੈਠੀ ਹਾਂ। ਹਰੀਚੰਦ ਰਾਜਾ ਵਿਆਹ ਕਰਵਾ ਕੇ ਆ ਗਿਆ। ਹੌਲੀ ਹੌਲੀ ਭਾਈ ਤਾਰਾ ਰਾਣੀ ਕੋਲ ਇੱਕ ਬੱਚਾ ਹੋਇਆ। ਹਰੀਚੰਦ ਸ਼ਿਕਾਰ ਖੇਡਣ ਜਾਇਆ ਕਰੇ, ਮਾਰ ਕੇ ਕੁਛ ਲਿਆ ਨਾ ਕਰੇ। ਉਹ ਤਾਰਾ ਰਾਣੀ ਕਹਿੰਦੀ ਜੀ ਤੁਸੀਂ ਸ਼ਿਕਾਰ ਖੇਡਣ ਤਾਂ ਜਾਂਦੇ ਹੋ, ਮਾਰ ਕੇ ਕੁਛ ਲਿਆਉਂਦੇ ਨਹੀਂ। ਕਹਿੰਦਾ ਤਾਰਾ ਰਾਣੀ ਮੇਰਾ ਇਹ ਸ਼ਿਕਾਰ ਨਹੀਂ ਹੈਗਾ। ਜੇ ਕੋਈ ਤਕੜੇ ਨੂੰ ਕੋਈ ਮਾੜਾ ਤੰਗ ਕਰਦਾ, ਮਾੜੇ ਨੂੰ ਤੰਗ ਕਰਦਾ ਜਾਂ ਕੋਈ, ਮੈਂ ਉਹ ਛਡਾਉਣਾ, ਮੈਂ ਕਿਸੇ ਦੇ ਵਾਰ ਨਹੀਂ ਕਰਦਾ। ਕਹਿੰਦੀ ਜੀ ਮੈਂ ਤਾਂ ਫਿਰ ਇਹ ਸ਼ਿਕਾਰ ਖੇਡਣ ਚੱਲਿਆ ਕਰੂੰ। ਕਹਿੰਦਾ ਤਾਰਾ ਰਾਣੀ ਸਾਰਾ ਦਿਨ ਭੁੱਖੇ ਤੇ ਹੇਰੇ ਨੇ ਵੀ ਇੱਕ ਲੂਟ ਨਹੀਂ ਆਉਣਾ ਕੰਮ। ਕਹਿੰਦੀ ਨਾ ਜੀ ਮੈਂ ਤਾਂ ਜਾਊਂ। ਕਹਿੰਦਾ ਚੰਗਾ, ਨਾਲ ਪਾ ਕੇ ਘੋੜੇ 'ਤੇ ਬਹਿ ਗਈ ਤਾਰਾ ਰਾਣੀ। ਹੁਣ ਸਾਰਾ ਦਿਨ ਤੁਰੇ ਫਿਰਦੇ ਨੇ, ਔਰਤੋਂ ਤੋਂ ਤੇਹ ਨਹੀਂ ਕੱਟੀ ਜਾਂਦੀ ਹੁੰਦੀ। ਹੁਣ ਤੇਹ ਲੱਗੀ ਹਰੀਚੰਦ ਰਾਜੇ ਨੂੰ। ਕਹਿੰਦੀ ਜੀ ਮੈਨੂੰ ਤਾਂ ਤੇਹ ਲੱਗੀ ਆ ਪਾਣੀ ਦੀ। ਕਹਿੰਦਾ ਮੈਂ ਤੈਨੂੰ ਆਖਿਆ ਤੀ ਭੁੱਖੇ 'ਤੇ ਹੇਰਨਾ ਪੈਂਦਾ। ਕਹਿੰਦੀ ਜੀ ਹੁਣ ਫਿਰ। ਕਹਿੰਦਾ ਤੂੰ ਐਂ ਕਰ, ਆਪਾਂ ਦੇਖਦੇ ਹਾਂ ਉੱਚੇ ਥਾਵੇਂ ਚੜ੍ਹ ਕੇ ਕਿੱਥੇ, ਜੋ ਉੱਚੇ ਥਾਵੇਂ ਚੜ੍ਹਿਆ ਉਹਨੂੰ ਧੂੰਆਂ ਨਾ ਚੜਾਇਆ। ਕਹਿੰਦਾ ਤਾਰਾ ਰਾਣੀ ਜਿੱਥੇ ਅੱਗ ਦੇਵਾ ਉੱਥੇ ਜਲ ਦੇਵਤਾ ਵੀ ਹੋਊ, ਉੱਥੇ ਨੂੰ ਚੱਲੋ। ਉਹ ਗਾਹੋਂ ਠੱਗਾਂ ਦੀ ਕੁਟੀਆ, ਚਾਰ ਮੁੰਡੇ ਠੱਗ ਦੇ, ਪੰਜਵਾਂ ਠੱਗ, ਠੱਗ ਅੱਖੋਂ ਕਾਣਾ। ਜਦੋਂ ਉੱਥੇ ਵੱਗ ਗਏ, ਬੁੜੀ ਨੇ ਦੇਖ ਕੇ ਵੀ ਰਾਜਾ ਆਉਂਦਾ, ਖੂਹੀ 'ਤੇ ਮੰਝਾੜਾ ਤਾ ਕੱਚੇ ਧਾਗਿਆਂ ਦਾ, ਉੱਤੇ ਗਦੈਲ ਅਵਸਾ ਤਾ। ਉੱਥੇ ਇੱਕ ਪਹਿਲਾਂ ਸਿਰ ਵਾਹੀ ਜਾਂਦੀ ਅਤੇ ਉਹ ਤਿੰਨ ਵਾਰਾਂ ਨੇ ਇਸ਼ਾਰਾ ਦਿੱਤਾ ਵੀ ਮੰਜੇ 'ਤੇ ਬੈਠੀ ਨਾ। ਜਦੋਂ ਹਰੀਚੰਦ ਰਾਜੇ ਨੇ 18 ਸਿਰ ਦੇ ਖੰਡੇ ਦੀਆਂ ਲਾਈ ਚੋਭ, ਤਾਂ ਕਿ ਟੁੱਟ ਕੇ ਗਦੈਲਾ ਖੂਹ ਚੜ ਗਿਆ। ਕਹਿੰਦਾ ਚੱਲ, ਇਹ ਤਾਂ ਦੁੱਟੀ ਦਾ ਪਾਣੀ ਨਹੀਂ ਪੀਂਦੇ ਆਪਾਂ, ਕਿਉਂ ਪਹਿਲਾਂ ਉਹਦਾ ਵੀ ਪਤੀ ਖੂਹ ਛੱਟਿਆ ਤੀ ਜਿਹਦੀ ਇਸ਼ਾਰੇ ਦਿੰਦੀ ਤੀ। ਉਹਨੇ ਭਾਈ ਦੇ ਲਾ ਮੁੜਿਆ, ਉਹਨੇ ਤਾਂ ਝੁੰਬੀ ਨੂੰ ਅੱਗ ਲਾਤੀ ਜਿੱਥੇ ਜਿੱਥੇ ਬੈਠੀ ਤੀ ਠੱਗ ਭੱਜਦੇ, ਵੀ ਘਰ ਮੱਚ ਗਿਆ ਝੁੰਬੀ ਨੂੰ ਅੱਗ ਲੱਗ ਗਈ। ਕਹਿੰਦਾ ਮਾਂ ਝੁੰਬੀ ਮੱਚੀ ਜਾਂਦੀ ਆ, ਕਹਿੰਦੀ ਝੁੰਬੀ ਤਾਂ ਫੇਰ ਪੈਜੂ, ਇਹ ਤਾਂ ਚਾਰ ਪੂੜੇ ਨੇ ਫੇਰ ਵੱਢ ਕੇ ਪਾਲਾਂਗੇ। ਕਹਿੰਦੀ ਸੋਨੇ ਦਾ ਬਦਲਾ ਆਟੇ ਪਾਉਣਾ ਗਿਆ, ਘੇਰ ਲਓ ਜੇ ਕਰਦਾ, ਇਕੱਲਾ ਬੰਦਾ ਹੀ ਹੈ। ਹੁਣ ਜੋ ਦਵੜ ਦਵੜ ਹੁੰਦੀ ਆਉਂਦੀਆਂ ਮਗਰ, ਤਾਰਾ ਰਾਣੀ ਕਹਿੰਦੀ ਹਰੀਚੰਦ ਨੂੰ, ਕਹਿੰਦੀ ਜੀ ਘੋੜਾ ਛੇੜ ਲਓ ਡੱਕਰੋ। ਕਹਿੰਦਾ ਕਿਉਂ? ਕਹਿੰਦੀ ਮਗਰ ਦਵੜ ਦਵੜ ਹੁੰਦੀ ਹੁੰਦੀ ਆ। ਕਹਿੰਦਾ ਸ਼ਿਕਾਰੀ ਇਹ ਆ ਮੇਰਾ। ਹਰੀਚੰਦ ਰਾਜੇ ਨੂੰ ਪਤਾ ਤੀ ਵੀ ਠੱਗ ਨੇ ਆਉਂਦੇ ਨੇ ਭੱਜੇ। ਹਰੀਚੰਦ ਰਾਜੇ ਨੇ ਘੋੜਾ ਉਹਨਾਂ ਕਿਨੂੰ ਮੋੜ ਲਿਆ। ਕਹਿੰਦਾ ਲੈ ਵੀ ਇੱਥੇ ਖੜ ਜਾਓ, ਕੀ ਗੱਲ ਹੈ? ਕਹਿੰਦਾ ਹੁਣ ਸਾਡਾ ਤੈਨੂੰ ਪਤਾ ਤਾਂ ਹੈਗਾ ਸਾਡਾ ਠੱਗਾਂ ਦਾ ਕੀ ਕੰਮ ਹੁੰਦਾ, ਤੈਨੂੰ ਮਾਰਾਂਗੇ ਤੇਰੀ ਰਾਣੀ ਠੱਗਾਂਗੇ ਕਿ।
ਉਹ ਕਹਿੰਦਾ ਫਿਰ ਦੋ ਵਾਰ ਤੁਹਾਡੇ ਨੇ, ਦੋ ਮੇਰੇ ਨੇ ਬੋਲੋ, ਪਹਿਲਾਂ ਕਰਨੇ ਨੇ ਕਿ ਮਗਰੋਂ? ਉਹ ਦੂਜਾ ਕਾਣਾ ਠੱਗ ਬੋਲਦਾ ਕਹਿੰਦਾ ਪਹਿਲਾਂ ਹੀ ਕਰ ਲਓ ਮਗਰੋਂ, ਖਬਰਾਂ ਕਰਨ ਲੁਕਣਾ। ਉਹ ਘੋੜਾ ਉਹਦਾ ਰਾਜੇ ਦਾ ਹਰੀਚੰਦ ਦਾ ਸੀ ਨਾ, ਤਾਹਾਂ ਵੀ ਉੱਡਦਾ ਸੀ, ਥੱਲੇ ਵੀ ਪੜਦਾ ਸੀ, ਧਰਤੀ 'ਚ ਵੀ ਧੋਦਾ ਸੀ। ਉਹਨੇ ਭਾਈ ਜਦਲਾ ਦੋ ਵਾਰ ਦੇਤੇ, ਜਦੋਂ ਨੇ ਪਹਿਲਾ ਵਾਰ ਕਰਿਆ ਉਹਨੇ ਧਰਤੀ 'ਚ ਵੜਦਾ ਘੋੜਾ, ਅਤੇ ਦੁਬਾਰੇ ਵਾਰ ਕਰਿਆ ਉਹਨੇ ਤਾਹਾਂ ਚੜਾ ਲਿਆ, ਦੋਨੇ ਵਾਰ ਖੱਲੀ ਗਏ। ਲੈ ਕਹਿੰਦਾ ਹੁਣ ਭਰਾਵਾ ਮੇਰੇ ਆ ਗਏ, ਹੋ ਜਾਓ ਬੱਤ। ਕਿਉਂਕਿ ਜਦੋਂ ਮਾਰਿਆ ਤੀਰ ਦੋ ਵਿੱਚ ਦਿਨ ਘਾਤਾ, ਚਾਰੇ ਮੁੰਡੇ ਮਾਰਤੇ ਠੱਗ ਦੇ, ਠੱਗ ਤਾਂ ਭਾਈ ਹੱਥ ਬੰਨ ਕੇ ਖੜ ਗਿਆ। ਕਹਿੰਦਾ ਜੀ ਬਹੁਤ ਸੋਹਣਾ ਕੰਮ ਕਰਿਆ ਤਾਂ ਤੁਸੀਂ। ਕਹਿੰਦਾ ਮੈਂ ਪੂਰੀ ਵਧੀਆ ਮਿਹਨਤ ਕਰਦਾ ਸੀ, ਇਹਨਾਂ ਨੇ ਕੁੱਟ ਕੁੱਟ ਕਹਿੰਦਾ ਮੇਰੀ ਅੱਖ ਭੰਨਤੀ, ਨਾਲੇ ਕਹਿੰਦਾ ਮੈਨੂੰ ਠੱਗੀ ਮਾਰਨ ਲਾ ਲਿਆ, ਮੈਨੂੰ ਭਾਈ ਕੁੱਟਦੇ ਡਰਦੇ ਨੂੰ ਮੈਨੂੰ ਲੱਗਣਾ ਪੈ ਗਿਆ। ਕਹਿੰਦਾ ਜੀ ਮੈਂ ਤਾਂ ਤੁਹਾਡੇ ਨਾਲ ਹੀ ਚੱਲੂ, ਮੈਂ ਤਾਂ ਘੋੜਿਆਂ ਨੂੰ ਘਾਕੂ ਪਾ ਲਿਆ ਕਰੂੰ। ਕਹਿੰਦਾ ਚੰਗਾ। ਤਾਂ ਰਾਣੀ ਕਹਿੰਦੀ ਲੈ ਚਲੋ। ਹਰੀਚੰਦ ਕਹਿੰਦਾ ਕੰਡੇ ਬੀਜ ਦੀਆਂ ਹੱਥੀਂ ਚੁੱਕਣੇ ਪੈਣਗੇ, ਜਿਹਦੇ ਅੱਜ ਚਾਰ ਪੁੱਤ ਮਾਰਤੇ ਉਹ ਨਹੀਂ ਤੈਨੂੰ ਭਲੀ ਗੁਜ਼ਾਰਦਾ। ਕਹਿੰਦੀ ਫਿਰ ਹੁਣ? ਕਹਿੰਦਾ ਇਹਨੂੰ ਛੱਡ ਪਰਾਂ ਭਾਈ, ਬਾਹਲਾ ਲੱਗ ਗਿਆ ਰੋਣ ਦਿਹਾਈਆਂ ਪਾਉਣ। ਉਹ ਕਹਿੰਦੀ ਜੀ ਆਪਣਾ ਕੀ ਕਰੂ, ਲੈ ਜਾਓ। ਬਾਗੇ ਹੁਣ ਤਿਹਾਏ ਸੀਗੇ, ਤੁਰੇ ਆਉਂਦੇ ਨੇ ਥੋੜ੍ਹੀ ਜਿਹੀ ਦੂਰ ਆ ਕੇ ਕਿਸੇ ਬਾਗ 'ਚ ਬਹਿ ਗਏ। ਕਹਿੰਦੀ ਰਾਜਾ ਤਾਂ ਹੁਣ ਪਾਣੀ ਪੀ ਆਇਆ, ਜਦੋਂ ਕਹਿੰਦੇ ਬੰਦਾ ਥੱਕਿਆ ਬਹਿ ਗਿਆ ਅਤੇ ਪੈ ਗਿਆ ਅਤੇ ਸੌਂ ਗਿਆ, ਰਾਜੇ ਦੀ ਅੱਖ ਲੱਗੀ। ਉਹ ਕਹਿੰਦਾ ਭਾਈ ਜਦੋਂ ਰਾਜੇ ਦੀ ਅੱਖ ਲੱਗੀ, ਉਹ ਕਹਿੰਦਾ ਭਾਈ ਉਹਨੇ ਆਖਿਆ ਵੀ ਹੁਣ ਜੇ ਮੈਂ ਠੱਗ ਕੇ ਜਾਂਦੀ ਹਾਂ, ਛੱਡ ਕੇ ਠੱਗ ਦੇ ਕੋਲੇ, ਕੋਲੇ ਤਾਂ ਖੰਡਾ ਹੈ, ਠੱਗ ਉਹੀ ਕੰਮ ਨਾ ਕਰਜੇ ਮੁੰਡਿਆਂ ਵਾਲਾ। ਕਹਿੰਦੀ ਬਾਬਾ ਘੋੜੇ ਨੂੰ ਘਾ ਲਿਆ ਥੱਪਾ। ਕਹਿੰਦਾ ਲਿਆ ਆਉਣਾ ਪੁੱਤ। ਪੰਜ ਚਾਰ ਬੂਟੇ ਛੱਡ ਕੇ ਠੱਗ ਲੁੱਕ ਕੇ ਬਹਿ ਗਿਆ। ਉਹਨੇ ਸੋਚਿਆ ਵੀ ਹੁਣ ਆਪਾਂ ਪਾਣੀ ਪੀਣ ਦਾ ਟਾਈਮ ਹੈ। ਜਦੋਂ ਪਾਣੀ ਪੀਣ ਭੱਜ ਲਈ, ਕਾਂ ਠੱਗ ਨੇ ਮੈਂ ਚੱਕਿਆ ਖੰਡਾ, ਵੜਤਾ ਹਰੀਚੰਦ ਰਾਜਾ, ਧੜ ਨੂੰ ਸ਼ੀਸ਼ ਵੱਖਰਾ ਕਰਤਾ। ਉਹਨੇ ਕਿਹਾ ਤੇ ਨਾ ਵੀ ਦੁੱਟ ਇੱਕ ਵਾਰ ਮਰੇਗਾ ਤੂੰ, ਸਰਾਫ ਲੱਗਿਆ ਤੂੰ ਉਹਦਾ। ਉਹ ਕਹਿੰਦਾ ਉਹ ਉੱਧਰੋਂ ਤਰਪਿਆ ਉਹਦੇ ਕਿੰਨੀ ਨੂੰ, ਰਾਣੀ ਵੀ ਫਿਰ ਖੁਸ਼ ਹੋ ਗਈ, ਆਖਿਆ ਵੀ ਹੁਣ ਚਮਾ ਟੱਪਾਂ ਵੀ ਖੇਡਾਂ। ਕਹਿੰਦੀ ਜੀ ਬਾਹਲਾ ਸੋਹਣਾ ਕੰਮ ਕਰਿਆ ਜੇ ਕਰੇ ਤੁਸੀਂ, ਅੱਖਾਂ ਦੇ ਸਾਹਮਣੇ ਕਰਾਉਣਾ ਔਖਾ ਤੀ। ਕਹਿੰਦੀ ਮੈਨੂੰ ਤਾਂ ਰੋਜ਼ ਕੁੱਟ ਕੁੱਟ ਕੇ ਸ਼ਿਕਾਰ ਖੜਾਉਂਦਾ ਸੀ ਮੈਥੋਂ, ਭੁੱਖੀ ਦੇਹੀ ਤੋਂ। ਕਹਿੰਦੀ ਚਲੋ ਜੀ ਤੁਹਾਡੇ ਨਾਲ ਹੀ ਚੱਲੂ, ਪਰ ਕਹਿੰਦੀ ਤੀ ਮਾੜੀ ਜੀ ਮਿੱਟੀ ਨੂੰ ਲੋਡ ਕਰਦੀ ਹੈ। ਧੜਨਾ ਸ਼ੀਸ਼ ਲਾ ਤਾ ਹਰੀਚੰਦ ਦਾ, ਚਾਦਰ ਨਾ ਦਿੱਤਾ ਤੱਪ। ਹੁਣ ਕੀ ਮਾਂਗਰ ਬਹਿ ਗਈ ਘੋੜੇ ਦੇ, ਠੱਗ ਬੈਠਾ ਮੂਹਰੇ, ਉਹਨੇ ਦੇਖ ਲਿਆ ਵੀ ਇਹਦੀ ਕੱਖ ਕਾਣੀ ਕਿਹੜੀ ਹੈ, ਇਲ ਫਿਰਦੀ ਆ ਤਾਂ ਨੌਜਵਾਨ ਉੱਚ ਘੁੰਮਦੀ। ਕਹਿੰਦੀ ਹਾ ਹਾ ਹਾ, ਠੱਗ ਕਹਿੰਦਾ ਇਹ ਕੀ ਗੱਲ, ਹਾ ਹਾ ਹੱਕ ਕਰਿਆ। ਕਹਿੰਦੀ ਜਿਹੜੀ ਉਹ ਇਲ ਤੀ, ਕਹਿੰਦੀ ਐਡਾ ਸੁਨਸਾਨ ਕੀਤੀ, ਇਹ ਇਲ ਨੂੰ ਲਾ ਦਿੰਦਾ ਮਾਰ ਕੇ ਤੀਰ। ਕਹਿੰਦੀ ਅੱਸਾ, ਕਹਿੰਦਾ ਹਾਂ। ਕਹਿੰਦੀ ਤਰਬਾ ਤਾਂ ਮੇਰੇ ਕੋਲ ਵੀ ਹੈ, ਤੁਸੀਂ ਕਰਕੇ ਦੇਖੋ। ਉਹ ਜਦੋਂ ਭਾਈ ਤੀਰ ਬੰਨ ਲਿਆ ਕਰੇ, ਉਹ ਸਿੰਨ ਲਿਆ ਕਰੇ ਠੱਗਾ, ਹੁਣ ਕੀ ਭਾਈ ਮੇਰੇ ਘੋੜਾ ਛੇੜ ਦਿਆ ਕਰੇ, ਘੋੜਾ ਪੈਰ ਪੱਟ ਲਿਆ ਕਰੇ। ਕਹਿੰਦੀ ਸੋਥੋ ਕੰਮ ਨਹੀਂ ਹੁੰਦਾ, ਮੈਂ ਕਰਕੇ ਤਾਂ ਹੁਣੇ ਘੋੜੇ ਤੋਂ ਥੱਲੇ ਉੱਤਰ ਕੇ। ਹੁਣ ਕਹਿੰਦੀ ਦੇਖਿਓ ਕਿਵੇਂ ਆਊਗਾ ਇਹ ਲੋ। ਕਾਣੀ ਅੱਖ ਵਾਲੇ ਪਾਸੇ ਉੱਤਰ ਕੇ ਖੜ ਗਈ ਤਾਰਾ ਰਾਣੀ। ਹੁਣ ਕਿ ਜਦੋਂ ਮੰਨ ਕੇ ਚੱਲ, ਕਹਿੰਦੀ ਦੇਖੋ ਇਹ ਲੋ ਤਾਹਾਂ ਚੱਕਿਆ ਗਾ ਲਓ, ਇੱਥੇ ਠੋਕੀ ਕਰਪਾਉਣ, ਲੱਦ ਕੇ ਮਾਰਿਆ ਘੋੜੇ ਤੋਂ ਥੱਲੇ। ਆ ਗਈ ਮੁੜ ਕੇ ਹਰੀਚੰਦਰਾ ਜੀ ਕੋਲ। ਹੁਣ ਜਦੋਂ ਲੱਗ ਗਏ ਉੱਧਰੋਂ ਇੰਦਰ ਮਹਾਰਾਜ ਕ੍ਰੋਧ ਹੋ ਗਿਆ, ਉਹਨੇ ਬਾਰ ਸੜਤੀ, ਤਾਰਾ ਰਾਣੀ ਦੇ ਗਲ ਗਲ ਪਾਣੀ ਆ ਗਿਆ, ਧੜਤੇ ਸ਼ੀਸ ਤਾਰਾ ਰਾਣੀ ਨੇ ਸਿਰ 'ਤੇ ਧਰ ਲਿਆ। ਕਹਿੰਦੀ ਇੰਦਰ ਮਹਾਰਾਜ ਸੱਚੇ ਪਾਤਸ਼ਾਹ, ਥੋੜ੍ਹਾ ਜਿਹੀ ਵਾਰ ਸੂਰ ਪਾ ਦੇ, ਮੈਂ ਆਪਣੇ ਪਤੀ ਨਾਲ ਰਾਜੂ। ਨਾਰਦ ਨੂੰ ਵਿਸ਼ਨੂੰ ਕਹਿੰਦਾ ਵੀ ਦਰਗਾਹ ਡੋਲੇ ਖਾਂਦੀ ਹੈ। ਕਹਿੰਦਾ ਜੀ ਇੰਦਰ ਮਹਾਰਾਜ ਕ੍ਰੋਧ ਹੋਇਆ ਖੜਿਆ ਤਾਰਾ ਰਾਣੀ 'ਤੇ, ਬਾਰਸ ਪਾਈ ਜਾਂਦਾ। ਕਹਿੰਦਾ ਗਲ ਗਲ ਪਾਣੀ ਪਾ ਗਿਆ ਤਾਰਾ ਰਾਣੀ 'ਤੇ, ਜੇ ਤਾਰਾ ਰਾਣੀ ਡੁੱਬ ਕੇ ਮਰ ਗਈ, ਕਹਿੰਦਾ ਧਰਤੀ ਕਰਕ ਜੂ, ਇੰਦਰ ਨੂੰ ਰੋਕ। ਫਿਰ ਭਾਈ ਵਿਸ਼ਨੂੰ ਇੰਦਰ ਕੋਲ ਗਿਆ, ਇੰਦਰ ਨੂੰ ਕਹਿੰਦਾ ਪਾਉਣ ਸਾਡਾ ਪਾਣੀ ਸੁਕਾ,
ਫਿਰ ਇੰਦਰ ਨੇ ਪੌਣ ਛੱਡੀ, ਪਾਣੀ ਸੁਕਾ ਤਾ ਉਹਨੇ ਥੱਲੇ ਰੱਖ ਲਿਆ ਆਪਣਾ ਪਤੀ, ਨੜਿਆ ਬਹਿ ਗਈ। ਇੰਦਰ ਨੂੰ ਕਹਿੰਦਾ ਸਾਡੇ ਨਾਲ ਚੱਲ। ਵਿਸ਼ਨੂੰ ਨਾਰਦ ਇੰਦਰ ਤਿੰਨੇ ਫਿਰ ਤਾਰਾਂ ਨਹੀਂ ਕੁੜੇ ਪੰਡਤਾਂ ਦਾ ਰੂਪ ਧਾਰ ਕੇ। ਕਹਿੰਦਾ ਭਾਈ ਬੱਚੀ ਕੀ ਗੱਲ ਆ, ਰੋਈ ਜਾਨੀ ਹੈ? ਕਹਿੰਦੀ ਜੀ ਤੁਸੀਂ ਆ ਤਾਂ ਲੰਘ ਜਾਓ, ਮੇਰਾ ਦੁੱਖ ਤਾਂ ਮੇਰਾ ਇੰਦਰ ਮਹਾਰਾਜ ਦਾ ਵਿਸ਼ਨੂੰ ਭਗਵਾਨ ਨਹੀਂ ਮਿਲਣਗੇ। ਕਹਿੰਦਾ ਭਾਈ ਗੱਲ ਕੀ ਹੈ? ਕਹਿੰਦੀ ਜੀ ਗੱਲ ਤਾਂ ਹੈ, ਠੱਗ ਨੇ ਵੜਤਾ ਮੇਰਾ ਪਤੀ। ਕਹਿੰਦਾ ਭਾਈ ਧਾਰਨਾ ਸੀ ਇਸ ਜੋੜ ਦੇ ਜਮਾਂ ਫਰਕ ਨਾ ਰਹੇ, ਅਸੀਂ ਦੇਖਦੇ ਨੁਕਤਾ ਚੀਨੀ ਕਰਕੇ, ਤੂੰ ਉੱਥੇ ਬਹਿ ਜਾ, ਅੱਖਾਂ ਮੀਚ ਲਾ, ਇੱਧਰ ਨੂੰ ਪਿੱਠ ਕਰਕੇ ਬਹਿ ਜਾ। ਕਹਿੰਦੀ ਚੰਗਾ, ਉਹਨੇ ਆਪਾਂ ਧੜਤੇ ਸੀ ਇਸ ਜੋੜ ਤਾਂ ਆਹ ਪਿੱਠ ਕਰਕੇ ਬਹਿ ਗਈ। ਜਦੋਂ ਭਾਈ ਉਹਨਾਂ ਨੇ ਕੱਢਿਆ ਅਮੀਜ ਵਾਲਾ, ਮਾਰਿਆ ਸਿੱਟਾ, ਹਰੀਚੰਦ ਬੈਠਾ ਹੋ ਗਿਆ, ਆਪ ਲੋਪ ਹੋ ਗਏ ਉਹ। ਕਹਿੰਦਾ ਤਾਰਾਂ ਨਾਲ ਨੀੜੀ ਦੂਰ ਬੈਠੀਆਂ ਆ ਕੇ ਕੋਲ ਰੋਣ ਲੱਗ ਗਈ। ਕਹਿੰਦੀ ਗੱਲ ਤਾਂ ਹੋ ਗਈ ਤੀ। ਕਹਿੰਦਾ ਮੈਂ ਤੈਨੂੰ ਆਖਿਆ ਤਾ ਨਾ ਵੀ ਕੰਡੇ ਬੀਜੇਗੀ ਤਾਂ ਚੁਗਣੇ ਪੈਣਗੇ। ਕਹਿੰਦਾ ਊਂ ਚੰਗਾ ਹੀ ਹੋ ਗਿਆ। ਕਹਿੰਦੀ ਕਿਉਂ? ਕਹਿੰਦਾ ਮੈਨੂੰ ਸ਼ਰਾਬ ਵੀ ਲੱਗਿਆ ਤੀ ਵੀ ਇੱਕ ਵਾਰਾਂ ਮਰੇਗਾ ਤੂੰ। ਉਦੋਂ ਬਾਅਦ ਤਾਰਾਂ ਨੂੰ ਲੈ ਕੇ ਘਰ ਆਇਆ ਹਰੀਚੰਦ ਬਾਦਸ਼ਾਹ, ਤਾਂ ਸਾਰੇ ਭਗਤਾਂ ਨੇ ਇਕੱਠੇ ਹੋ ਕੇ ਕਿਹਾ ਵੀ ਹਰੀਚੰਦ ਰਾਜੇ ਦੀ ਸਭ ਤੋਂ ਤਕੜੀ ਭਗਤੀ ਹੈ, ਵੀ ਉਹਦੀ ਭਗਤੀ ਨੂੰ ਵਿਘਨ ਕੋਈ ਨਹੀਂ ਪਾ ਸਕਦਾ। ਦੇਸ਼ਵਾ ਮਿੱਤਰ ਉਹ ਵੀ ਬਹੁਤ ਵੱਡਾ ਭਗਤ ਸੀ, ਉਹ ਕਹਿੰਦਾ ਜੀ ਮੈਂ ਪਾ ਸਕਦਾ ਗੱਲ ਕਰ, ਸਾਰੇ ਭਗਤ ਇਕੱਠੇ ਹੋ ਕੇ ਕਹਿਣਾ, ਜਿਹੜੀ ਗੱਲ ਕਹੇਗਾ ਹੋਇਆ ਕਰੋ। ਉਹ ਕਹਿੰਦਾ ਪੈਣੀ ਨਹੀਂ? ਕਹਿੰਦਾ ਨਾ ਮੈਂ ਪਾਊਂ। ਕਹਿੰਦਾ ਲੈ ਭਗਤੀ ਖੋਲ੍ਹਾ ਹਰੀਚੰਦ ਰਾਜੇ ਦੀ, ਜਿਹੜੀ ਗੱਲ ਕਹੇਗਾ ਉਹ। ਕਹਿੰਦਾ ਵੀ ਚੰਗਾ। ਸਮਾਂ ਆ ਗਿਆ, ਵਿਸ਼ਵਾ ਮਿੱਤਰ ਨੇ ਕੀ ਕੀਤਾ, ਆ ਕੇ ਉਹਦੇ ਬਾਗ 'ਚ ਕਹਿੰਦਾ ਵੀ ਸੂਰ ਬਣ ਜਾ। ਹੁਣ ਜਦੋਂ ਕਿਹਾ ਤੀ ਵੀ ਗੱਲ ਹੂ ਕਹੇਗਾ ਹੂ, ਸੂਰ ਬਣ ਗਿਆ। ਬਣ ਕੇ ਸੂਰੋਂ ਮਾਰ ਕੇ ਢੁੱਡ ਜੇ ਸਾਰਾ ਬਾਗ ਪੱਟਤਾ ਬੂਟੇ। ਮਾਲੀ ਗਿਆ ਹਰੀਚੰਦ ਰਾਜੇ ਕੋਲ, ਕਹਿੰਦਾ ਜੀ ਇੱਕ ਜਾਨਵਰ ਜਾਇਆ ਮਾਰ ਮਾਰ ਕੁਛ ਹੁੰਦੇ ਜੇ ਸਾਰੀ ਪੱਟ ਗਿਆ ਕਹਿੰਦਾ ਬਾਗ। ਕਹਿੰਦਾ ਵੀ ਐਂ ਕਰੋ ਘੇਰੋ। ਹਰੀਚੰਦ ਰਾਜੇ ਨੇ ਫੌਜ ਲੈ ਕੇ ਉਹਨੂੰ ਘੇਰ ਲੱਗ ਗਿਆ। ਕਹਿੰਦਾ ਵੀ ਜਿਹਦੇ ਤੀਰ ਦੇ ਥੱਲੇ ਦੀ ਨੰਗੂ ਇਹ, ਉਹ ਬੰਦਾ ਘੋੜਾ ਇਹਦੇ ਮਗਰ ਲਾਊ, ਦੂਜਾ ਨਹੀਂ ਲਾਉਂਦਾ। ਕਹਿੰਦਾ ਵੀ ਠੀਕ ਹੈ। ਉਹਨੇ ਭਾਈ ਘੋੜਾ ਉਹ ਤਾਂ ਹਰੀਚੰਦ ਦੇ ਤੀਰ ਦੇ ਥੱਲੇ ਦੀ ਬਹੁਤ ਪਿੱਟ ਗਿਆ। ਹਰੀਚੰਦ ਨੇ ਲਾਤਾ ਘੋੜਾ ਮਗਰ, ਕਿੱਥੇ ਪਹੁੰਚ ਗਏ? ਜਾਮਣਾ ਗੰਗਾ ਸੁਰਤੀ ਦੇ ਕੰਢੇ 'ਤੇ, ਜਿੱਥੇ ਹੁਣ ਇਸ ਵਕਤ ਮੰਦਰ ਬਣਿਆ ਹੋਇਆ। ਉੱਥੇ ਜੇ ਕਿਤੇ ਜਾਮੂੰਗੇ ਨਾ, ਵੀ ਜਿੱਥੇ ਨਾ ਇਹਦੀ ਤੰਨਾਂ ਦੀ ਧਾਰ ਪੈਂਦੀ ਹੈ, ਉੱਥੇ ਮੰਦਰ ਬਣਿਆ ਹਰੀਚੰਦ ਬਾਦਸ਼ਾਹ ਦੇ ਨਾਂ ਦਾ। ਉੱਥੇ ਪਹੁੰਚ ਗਏ। ਦੇਸ਼ਵਾ ਮਿੱਤਰ ਕਹਿੰਦਾ ਲੈ ਭਾਈ ਇੱਥੇ ਪੈ ਜਾ ਤੂੰ, ਇੱਥੇ ਪਿਆ ਮੈਂ ਰਾਤ ਕੱਟ, ਤੜਕੇ ਉੱਠੀ ਉੱਠ ਕੇ ਮੇਰੇ ਮਗਰ ਘੋੜਾ ਲਾ ਲਈ, ਮੈਨੂੰ ਮਾਰ ਲਈ। ਕਹਿੰਦਾ ਵੀ ਚੰਗਾ, ਪੈ ਗਏ। ਦੇਸ਼ਵਾ ਮਿੱਤਰ ਨੇ ਤੜਕੇ ਉੱਥੇ ਕੀ ਕਰਨਾ ਜੀ? ਉਹਨੇ ਰਾਤ ਨੂੰ ਕਹਿਤਾ ਕਹਿੰਦਾ ਮੈਂ ਪੰਡਿਤ ਬਣ ਜਾ, ਤੂੰ ਆਗਿਆ ਤਾਂ ਕਰੀ ਹੋਈ ਤੀ। ਪੰਡਿਤ ਬਣ ਕੇ ਤੜਕੀ ਜਗਾਤਾ ਤੇ ਹਰੀਚੰਦ ਰਾਜਾ। ਕਹਿੰਦਾ ਭਾਈ ਦਾਨ ਕਰ, ਇਸ਼ਨਾਨ ਕਰ, ਜਮਣਾ ਗੰਗਾ ਸੁੱਤੀ ਦੇ ਕੰਢੇ 'ਤੇ ਪਏ, ਦਾਨ ਵੀ ਕਰ ਅਤੇ ਇਸ਼ਨਾਨ ਵੀ ਕਰ। ਉਹਨੇ ਜੇਬ 'ਚ ਹੱਥ ਮਾਰਿਆ ਕੁਛ ਵੀ ਨਾ। ਕਹਿੰਦਾ ਬਾਬਾ ਮੇਰੇ ਤਾਂ ਜੇਬ 'ਚ ਦਵਾਨੀ ਵੀ ਨਹੀਂ। ਕਹਿੰਦਾ ਭਾਈ ਮੈਂ ਸ਼ਰਾਫ ਦਿੰਦਾ। ਅੱਗੇ ਜੋ ਰਾਜੇ ਮਹਾਰਾਜੇ ਦੀ ਸ਼ਰਾਫ ਤੋਂ ਚਾਲੂ ਤੀ। ਉਹ ਕਹਿੰਦਾ ਬਾਬਾ ਸ਼ਰਾਫ ਨਾ ਦੇ। ਕਹਿੰਦਾ ਜੇ ਤੈਨੂੰ ਉੱਠ ਭਰ ਲਈ ਮੇਰੇ ਬਥੇਰਾ ਧਣਾ। ਕਹਿੰਦਾ ਭਾਈ ਫਿਰ ਮੈਨੂੰ ਪਰਚੀ 'ਤੇ ਲਿਖ ਕੇ ਦੇ ਜਾ, ਲਿਖ ਕੇ ਦੇ ਜਾ। ਭਾਈ ਉਹਨੇ ਜਦੋਂ ਪਰਚੀ 'ਤੇ ਲਿਖਿਆ, ਉਹ ਕਹਿੰਦਾ ਐਂ ਕਰ, ਉਹਨੂੰ ਕਹਿੰਦਾ ਆ ਕੇ ਪੰਡਿਤ ਨੂੰ, ਹਜੇ ਤਾਂ ਹਰੀਚੰਦਰ ਦਾ ਘਰੇ ਆਉਂਦਾ, ਪੰਡਿਤ ਤਾਂ ਪਹਿਲਾਂ ਆ ਗਿਆ। ਕਹਿੰਦਾ ਬਾਬਾ, ਕਹਿੰਦਾ ਤੂੰ ਤਾਂ ਮੰਗਰੀ ਆ ਗਿਆ। ਕਹਿੰਦਾ ਭਾਈ ਤੂੰ ਲਿਖ ਕੇ ਆਇਆ ਫਿਰ, ਆਹ ਪਰਚੀ ਦਿਖਾ। ਕਹਿੰਦਾ ਉਹ ਖਜਾਨਕੀ ਨੂੰ ਕਹਿੰਦਾ ਵੀ ਉਹਨੂੰ ਤਿੰਨ ਉੱਠਾਂ ਦਾ ਭਾਰ ਲੱਦ ਦਿਓ ਮਾਇਆ ਦਾ, ਜਿਹੜਾ ਖਜ਼ਾਨਾ ਖੋਲ੍ਹਣ ਹੋਈ ਸਭਾ ਬਣ ਜੇ, ਜਿਹੜਾ ਖਜ਼ਾਨਾ ਖੋਲ੍ਹੀ ਹੋਈ ਸਭਾ ਬਣ ਜੇ। ਹਰੀਚੰਦ ਰਾਜੇ ਨੂੰ ਕਹਿੰਦਾ ਵੀ ਇਹ ਤਾਂ ਸਭਾ ਬਣ ਗਈ ਜੀ ਸਾਰਿਆਂ ਦੀ। ਕਹਿੰਦਾ ਮੈਂ ਤਾਂ ਸ਼ਰਾਫ ਦਿੰਦਾ ਵੀ, ਮੇਰੇ ਨਾਲ ਸਭਾ ਦੀ ਗੱਲ ਨਹੀਂ ਹੋਈ ਤੁਹਾਡੀ।
ਕਹਿੰਦਾ ਬਾਬਾ ਸਰਾਫ ਨਾ ਦੇ, ਇੱਕ ਮੈਂ ਹਾਂ, ਇੱਕ ਮੇਰੇ ਮੁੰਡਾ, ਇੱਕ ਮੇਰੇ ਘਰ ਵਾਲੀ ਆ। ਅਸੀਂ ਕਾਸੀ ਦੇ ਰਹਿਣ ਵਾਲਿਆਂ, ਸਾਨੂੰ ਜੁੱਧਾਪੁਰੀ 'ਚ ਵੇਚਦੇ।